स्वागत है जी ਤੁਹਾਡਾ ਆਪਣੇ YouTube ਚੈਨਲ ਤੇ। ਸੋ ਭਾਈ ਅੱਜ ਵੀ ਕਾਫੀ ਜਗ੍ਹਾ ਤੇ ਕਬੱਡੀ ਦੇ ਮੈਚ ਹੋਣਗੇ, ਤਾਂ ਦੋਸਤੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਓ ਫਿਰ ਦੇਖੀਏ ਅੱਜ ਕਿੱਥੇ-ਕਿੱਥੇ ਕਬੱਡੀ ਦੇ ਮੈਚ ਹੋਣਗੇ। ਸਭ ਤੋਂ ਪਹਿਲਾਂ ਦੋਸਤੋ ਅੱਜ ਕਬੱਡੀ ਦੇ ਮੈਚ ਹੋਣੇ ਨੇ ਪਿੰਡ ਕਾਲਾ ਸੰਗਿਆ ਜ਼ਿਲ੍ਹਾ ਕਪੂਰਥਲਾ ਵਿਖੇ। ਇੱਥੇ ਅੱਜ 35 ਤੇ 45 ਦੇ ਸ਼ੋਅ ਮੈਚ ਹੋਣਗੇ ਤੇ 60 ਕਿਲੋ ਦੇ ਮੈਚ ਕਰਵਾਏ ਜਾਣਗੇ ਜੋ ਕਿ ਨਰੋਲ ਹੋਣਗੇ। 60 ਕਿਲੋ ਦੇ ਲਈ ਪਹਿਲਾ ਇਨਾਮ ਇੱਥੇ 10,000 ਤੇ ਦੂਜਾ ਇਨਾਮ ਇੱਥੇ 8,000 ਰੁਪਏ ਰੱਖਿਆ ਗਿਆ ਹੈ। ਬਾਕੀ ਬਾਈ ਜੀ ਕੱਲ੍ਹ ਨੂੰ ਇੱਥੇ ਪੂਰੇ ਚੋਟੀ ਦੇ ਮੈਚ ਹੋਣਗੇ। ਉਸ ਤੋਂ ਅੱਗੇ ਦੋਸਤੋ ਅੱਜ ਮੈਚ ਹੋਣਗੇ ਪਿੰਡ ਤਖਤਪੁਰਾ ਸਾਹਿਬ ਜ਼ਿਲ੍ਹਾ ਮੋਗਾ ਵਿਖੇ। ਇੱਥੇ ਅੱਜ ਪਿੰਡ ਪੱਧਰ ਨਰੋਲ ਦੇ ਮੈਚ ਹੋਣਗੇ ਜਿਸ ਦੇ ਲਈ ਪਹਿਲਾ ਇਨਾਮ ਇੱਥੇ 31,000 ਤੇ ਦੂਜਾ ਇਨਾਮ ਇੱਥੇ 21,000 ਰੁਪਏ ਰੱਖਿਆ ਗਿਆ ਹੈ। ਸੋ ਬਾਈ ਇਹਨਾਂ ਮੈਚਾਂ ਦਾ ਲਾਈਵ ਚੱਲਣਾ ਹੈ ਕਬੱਡੀ ਜੰਕਸ਼ਨ ਤੇ। ਉਸ ਤੋਂ ਅੱਗੇ ਦੋਸਤੋ ਅੱਜ ਚੋਟੀ ਦੇ ਮੈਚ ਹੋਣਗੇ ਪਿੰਡ ਮਲੋਦ ਰੋੜੀਆਂ ਸੋਮਲ ਖੇੜੀ ਜ਼ਿਲ੍ਹਾ ਮਲੇਰਕੋਟਲਾ ਵਿਖੇ। ਇੱਥੇ ਅੱਜ ਆਲ ਓਪਨ ਦੇ 8 ਕਲੱਬਾਂ